ਸਰਬੰਸ ਦਾਨੀ ਮਰਦ ਗੰਬੜੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਵਰੋਸਾਈ ਹੋਈ ਦਮਦਮੀ ਟਕਸਾਲ ਦੇ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਵਿਦਿਆਰਥੀ ਸਿੰਘਾਂ ਨੂੰ ਦਾਸ ਵੱਲੋਂ ਬੜੇ ਅਦਬ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਪਤਾ ਹੀ ਆ ਕਿ ਦਮਦਮੀ ਟਕਸਾਲ ਦਾ ਸਾਨਾ ਮੱਤਾ ਇਤਿਹਾਸ ਆ। ਗੁਰੂ ਸਾਹਿਬ ਦੀ ਵਰਸਾਈ ਇਸ ਟਕਸਾਲ ਨੇ ਪੂਰੇ ਸੰਸਾਰ ਭਰ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖਾਂ ਵਿਦਿਆਰਥੀ ਰਾਗੀ ਸਿੰਘ ਗਿਆਨੀ ਸਿੰਘ ਪਾਠੀ ਸਿੰਘਾਂ ਨੇ ਜਿਸ ਤਰ੍ਹਾਂ ਬਾਣੀ ਬਾਣੇ ਦਾ ਪ੍ਰਚਾਰ ਪ੍ਰਸਾਰ ਸੰਸਾਰ ਵਿੱਚ ਕੀਤਾ ਇਹਦਾ ਬਹੁਤ ਹੀ ਸਾਨਾ ਮੱਤਾ ਇਤਿਹਾਸ ਆ। ਜੇ ਪੰਥ ਨੂੰ ਕੌਮ ਨੂੰ ਲੋੜ ਪਈ ਤਾਂ ਉਸ ਵੇਲੇ ਪੰਥ ਨੂੰ ਜਾਗਰੂਕ ਕਰਨ ਵਾਸਤੇ ਆਪਣੇ ਹੱਕਾਂ ਲਈ ਜਿਸ ਤਰ੍ਹਾਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਐਮਰਜੈਂਸੀ ਦੇ ਵਿੱਚ 37 ਮਹਾਨ ਨਗਰ ਕੀਰਤਨ ਕੱਢ ਕੇ ਜਿਸ ਤਰ੍ਹਾਂ ਇਤਿਹਾਸ ਸਿਰਜਿਆ ਉਹ ਵੀ ਆਪ ਸਾਰਿਆਂ ਦੇ ਸਾਹਮਣੇ ਹਨ। ਔਰ ਇਸੇ ਤਰ੍ਹਾਂ ਮਰਦੇ ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ ਜਿਸ ਤਰ੍ਹਾਂ ਉਹਨਾਂ ਨੇ ਪੰਥ ਦੀ ਆਣ ਸ਼ਾਨ ਦੀ ਲੜਾਈ ਲੜੀ ਉਹ ਵੀ ਆਪ ਸਾਰਿਆਂ ਦੇ ਸਾਹਮਣੇ ਆ। ਦੁਨੀਆ ਜਾਣਦੀ ਆ ਉਹਨਾਂ ਦੀ ਕੁਰਬਾਨੀ ਨੂੰ, ਹਰੇਕ ਸਿੱਖ ਸਿਜਦਾ ਕਰਦਾ। ਸੱਚਖੰਡ ਵਾਸੀ ਮਹਾਂਪੁਰ ਸੰਤ ਬਾਬਾ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲੇ, ਸੱਚਖੰਡ ਵਾਸੀ ਮਹਾਂਪੁਰ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ, ਜੋ ਉਹਨਾਂ ਨੇ ਪ੍ਰਚਾਰ ਪ੍ਰਸਾਰ ਗੁਰਬਾਣੀ ਦਾ ਕੀਤਾ ਉਹ ਵੀ ਆਪ ਦੇ ਸਾਹਮਣੇ ਆ। ਸੱਚਖੰਡ ਵਾਸੀ ਮਹਾਂਪੁਰ ਸੰਤ ਬਾਬਾ ਠਾਕੁਰ ਸਿੰਘ ਜੀ, ਜਿਸ ਤਰ੍ਹਾਂ ਦੇਸਾਂ ਪ੍ਰਦੇਸਾਂ ਵਿੱਚ ਵਿਚਰ ਕੇ ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ, ਉਹਨਾਂ ਦੀਆਂ ਸੇਵਾਵਾਂ ਵੀ ਤੁਹਾਡੇ ਸਭ ਦੇ ਸਾਹਮਣੇ ਆ। ਇਹਨਾਂ ਮਹਾਂਪੁਰਖਾਂ ਨੇ ਅਤੇ ਵਿਦਵਾਨਾਂ ਨੇ, ਗਿਆਨੀ ਸਿੰਘਾਂ ਨੇ ਪੂਰੇ ਸੰਸਾਰ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਜਿਸ ਦੇ ਨਾਲ ਲੱਖਾਂ ਕਰੋੜਾਂ ਸੰਗਤਾਂ ਗੁਰੂ ਘਰ ਦੇ ਨਾਲ, ਗੁਰਸਿੱਖੀ ਨਾਲ, ਗੁਰਬਾਣੀ ਦੇ ਨਾਲ ਜੁੜੀਆਂ। ਪਰ ਜਿਸ ਤਰੀਕੇ ਦੇ ਨਾਲ ਹੁਣ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਸਿੰਘਾਂ ਦੀ ਆਪਸ ਵਿੱਚ ਵਿਚਾਰ ਤਕਰਾਰ ਹੋ ਰਹੀ ਆ, ਇਹ ਬੜੀ ਚਿੰਤਾਜਨਕ ਆ। ਸੰਗਤਾਂ ਦੇ ਵੀ ਹਿਰਦੇ ਦੁਖੀ ਹੋ ਰਹੇ ਆ। ਬਹੁਤ ਸਾਰੇ ਮੈਨੂੰ ਦੇਸਾਂ ਪ੍ਰਦੇਸਾਂ ਤੋਂ ਜਿੱਥੇ ਸੰਗਤਾਂ ਦੇ ਫੋਨ ਆਏ, ਉੱਥੇ ਦਮਦਮੀ ਟਕਸਾਲ ਦੇ ਵਿਦਿਆਰਥੀ ਸਿੰਘਾਂ ਦੇ ਮੈਨੂੰ ਫੋਨ ਆਏ ਆ ਕਿ ਬਹੁਤ ਹੀ ਇਹ ਚਿੰਤਾਜਨਕ ਮਸਲਾ। ਸੋ ਮੈਂ ਆਪਣਾ ਫਰਜ਼ ਸਮਝਦਾ ਹੋਇਆ, ਕਿਉਂਕਿ ਮੈਨੂੰ ਵੀ ਸਤਿਗੁਰ ਦੀ ਕਿਰਪਾ ਸਦਕਾ ਸਾਲਾਂ ਬੱਧੀ ਦਮਦਮੀ ਟਕਸਾਲ ਵਿੱਚ ਰਹਿਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਔਰ ਮੈਂ ਦਮਦਮੀ ਟਕਸਾਲ ਦਾ ਵਿਦਿਆਰਥੀ ਹੋਣ ਦੇ ਨਾਤੇ, ਔਰ ਮੈਂ ਆਪ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ, ਤੁਸੀਂ ਸਾਰੇ ਹੀ ਮੇਰੇ ਤੋਂ ਸੀਨੀਅਰ ਹੋ, ਤਾਂ ਮੈਂ ਤੁਹਾਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਦਮਦਮੀ ਟਕਸਾਲ ਇੱਕ ਮਹਾਨ ਸੰਸਥਾ ਵਾ, ਗੁਰੂ ਦੀ ਵਰਸਾਈ ਹੋਈ ਟਕਸਾਲ ਸਾਨਾ ਮੱਤਾ ਇਤਿਹਾਸ ਆ। ਵੀ ਜਿਸ ਤਰੀਕੇ ਦੀ ਅੱਜ ਬਿਆਨਬਾਜ਼ੀ ਹੋ ਰਹੀ ਆ ਉਹਦੇ ਨਾਲ ਦਮਦਮੀ ਟਕਸਾਲ ਦੇ ਉੱਪਰ ਬਹੁਤ ਅਸਰ ਪੈ ਰਿਹਾ। ਬਹੁਤ ਸਾਰੇ ਵਿਰੋਧੀ ਲੋਕ ਪਹਿਲਾਂ ਤੋਂ ਹੀ ਲੱਗੇ ਸੀ ਕਿ ਦਮਦਮੀ ਟਕਸਾਲ ਦਾ ਜਿਹੜਾ ਹੈਗਾ ਉਹ ਨਾਮ ਬਦਨਾਮ ਕੀਤਾ ਜਾਵੇ। ਬਹੁਤ ਸਿੱਖ ਵਿਰੋਧੀ ਏਜੰਸੀਆਂ, ਸਿੱਖ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਦਮਦਮੀ ਟਕਸਾਲ ਨੂੰ ਬਦਨਾਮ ਕਰਨਾ ਚਾਹੁੰਦੀਆਂ। ਭਾਵੇਂ ਕਿ ਵੱਖਰੀ ਗੱਲ ਹੈ ਕਿ ਉਹ ਆਪਣੇ ਇਸ ਕਾਰਜ ਵਿੱਚ ਜਿਹੜਾ ਹੈ ਕਦੇ ਵੀ ਸਫਲ ਨਹੀਂ ਹੋਣਗੇ, ਉਹ ਆਪਣੇ ਇਹਨਾਂ ਮਨਸਿਆਂ ਨੂੰ ਕਦੇ ਵੀ ਪੂਰਾ ਨਹੀਂ, ਮਨਸੂਬਿਆਂ ਨੂੰ ਕਰ ਸਕਣਗੇ। ਦਮਦਮੀ ਟਕਸਾਲ ਦੇ ਮਹਾਂਪੁਰਖਾਂ ਨੂੰ ਬਦਨਾਮ ਕਰਨ 'ਤੇ ਲੱਗੇ ਹੋਏ ਆ। ਮੈਂ ਸਮਝਦਾ ਉਹਨਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ, ਕਿਉਂਕਿ ਕਿਆ ਤਾਕਤ ਹੈ ਜ਼ਮਾਨੇ ਮੇਂ ਚਮਕਿਨ ਕੀ ਘਟਾਨੇ ਕੀ, ਜੇ ਉਹ ਰੋਸ਼ਨ ਸਿਤਾਰੇ ਹੈ ਜੋ ਕਿਆਮਤ ਤੱਕ ਚਮਕੇਂਗੇ। ਪਰ ਮੈਂ ਬੇਨਤੀ ਕਰਨੀ ਚਾਹੁੰਦਾ, ਜਿਸ ਤਰ੍ਹਾਂ ਦਮਦਮੀ ਟਕਸਾਲ ਦੇ ਵਿਦਿਆਰਥੀ ਸਿੰਘ ਅੱਜ ਆਪਸ ਵਿੱਚ ਤਕਰਾਰ ਵਿੱਚ ਪਏ, ਉਹਦੇ ਨਾਲ ਉਹਨਾਂ ਮਹਾਂਪੁਰਖਾਂ ਦੇ ਉੱਤੇ ਵੀ ਉਂਗਲ ਉਠਾਉਂਦੇ ਆ ਵਿਰੋਧੀ ਲੋਕ, ਟਕਸਾਲ ਦੇ ਉੱਪਰ ਵੀ ਉਂਗਲ ਉਠਾਉਂਦੇ ਆ ਵਿਰੋਧੀ ਲੋਕ। ਇਸ ਕਰਕੇ ਤੁਸੀਂ ਸਾਰੇ ਮੇਰੇ ਤੋਂ ਸੀਨੀਅਰ ਹੋ, ਅਤੇ ਮੈਂ ਤਾਂ ਹੱਥ ਜੋੜ ਕੇ ਅਪੀਲ ਕਰਦਾ ਕਿ ਇਸ ਵਿਤਾਰ ਤਕਰਾਰ ਨੂੰ ਇੱਥੇ ਹੀ ਬੰਦ ਕੀਤਾ ਜਾਵੇ। ਵਿਚਾਰ ਸੀ ਬ੍ਰਹਮ ਕਵਚ ਦੇ ਬਾਰੇ ਕਿ ਬ੍ਰਹਮ ਕਵਚ 10ਵੇਂ ਪਾਤਸ਼ਾਹ ਦੀ ਬਾਣੀ ਹੈ ਜਾਂ ਨਹੀਂ, ਅਤੇ ਉਹਨੂੰ ਬੜੇ ਸਿਆਣੇ ਤਰੀਕੇ ਦੇ ਨਾਲ ਇਸ 'ਤੇ ਵਿਚਾਰ ਕਰਨੀ ਚਾਹੀਦੀ ਸੀ ਸਾਰਿਆਂ ਨੂੰ ਕਿ ਉਹ 10ਵੇਂ ਪਾਤਸ਼ਾਹ ਦੀ ਬਾਣੀ ਹੈ ਜਾਂ ਨਹੀਂ ਹੈ। ਇਹਦੇ ਬਾਰੇ ਵਿਚਾਰ ਦਾ ਜਿਹੜਾ ਮਿਆਰ ਆ ਬੜਾ ਉੱਚਾ ਹੋਣਾ ਚਾਹੀਦਾ ਸੀ। ਪਰ ਜਿਸ ਤਰ੍ਹਾਂ ਹੁਣ ਮੈਂ ਸਮਝਦਾ ਵੀ ਇੱਕ ਦੂਸਣਬਾਜ਼ੀ ਜਿਹੜੀ ਚੱਲ ਪਈ ਹੈ, ਇੱਕ ਧਿਰ ਦੂਜੀ ਧਿਰ 'ਤੇ, ਦੂਜੀ ਧਿਰ ਤੀਜੀ ਧਿਰ 'ਤੇ, ਤੀਜੀ ਧਿਰ ਪਹਿਲੀ ਧਿਰ 'ਤੇ, ਇਸ ਤਰੀਕੇ ਦੇ ਨਾਲ ਧਿਰਾਂ ਬਣ ਕੇ ਜਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਸਮਰਥਕ ਜਿਸ ਤਰੀਕੇ ਨਾਲ ਬਿਆਨਬਾਜ਼ੀ ਕਰ ਰਹੇ ਆ ਉਹ ਬੜੀ ਚਿੰਤਾਜਨਕ ਆ। ਇਹ ਸਾਰਾ ਕੁਛ ਦੇਖ ਕੇ ਹਿਰਦਾ ਬੜਾ ਦੁਖੀ ਹੈ, ਅਤੇ ਮੈਂ ਉਸ ਦੁਖੀ ਹਿਰਦੇ ਦੇ ਨਾਲ ਹੀ ਆਪ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ, ਤੁਸੀਂ ਸਾਰੇ ਹੀ ਮੇਰੇ ਨਾਲੋਂ ਸਤਿਕਾਰਯੋਗ ਹੋ, ਸੀਨੀਅਰ ਹੋ, ਤੁਹਾਡੀਆਂ ਆਪੋ ਆਪਣੇ ਖੇਤਰ 'ਚ ਸਭ ਦੀਆਂ ਬੜੀਆਂ ਸੇਵਾਵਾਂ ਨੇ, ਸਮੇਂ ਸਮੇਂ ਸਾਰਿਆਂ ਬੜੀਆਂ ਸੇਵਾਵਾਂ ਕੀਤੀਆਂ ਨੇ। ਸੋ ਮੇਰੀ ਅਪੀਲ ਆ, ਬੇਨਤੀ ਆ ਕਿ ਇਸ ਵਿਚਾਰ ਤਕਰਾਰ ਨੂੰ ਬੜੇ
ਉੱਚੇ ਮਿਆਰ ਦੇ ਨਾਲ ਜੇ ਕੋਈ ਗੱਲਬਾਤ ਆ ਤਾਂ ਉਹ ਬੈਠ ਕੇ ਇਸ ਤਰੀਕੇ ਨਾਲ ਕਰ ਲਈ ਜਾਵੇ। ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਆ ਦਮਦਮੀ ਟਕਸਾਲ ਦੇ ਸਮੂਹ ਵਿਦਿਆਰਥੀ ਸਿੰਘ ਇੱਕ ਦੂਜੇ ਨੂੰ ਨੀਵਾਂ ਦਿਖਾਉਂਦੇ ਹੋਏ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰਨ। ਮੈਨੂੰ ਪੂਰੀ ਆਸ ਆ ਕਿ ਤੁਸੀਂ ਇਸ ਅਪੀਲ ਨੂੰ ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰੋਗੇ ਅਤੇ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਉਹਨੂੰ ਬੰਦ ਕੀਤਾ ਜਾਵੇ। ਸਾਰੇ ਸਤਿਕਾਰਯੋਗ ਸਾਰਿਆਂ ਦੀ ਆਪੋ ਆਪਣੀ ਜਗ੍ਹਾ 'ਤੇ ਬਹੁਤ ਵੱਡੀਆਂ ਸੇਵਾਵਾਂ ਨੇ, ਦਮਦਮੀ ਟਕਸਾਲ ਦੀ ਬਹੁਤ ਵੱਡੀ ਸੇਵਾ ਵਾ। ਜੇਕਰ ਅੱਜ ਅਸੀਂ ਨਾ ਸਮਝੇ ਤਾਂ ਬਾਅਦ ਵਿੱਚ ਭਾਵੇਂ ਆਪਸ ਵਿੱਚ ਗਲਵੱਕੜੀਆਂ ਪਾਈ ਜਾਓ, ਜੱਫੀਆਂ ਪਾਈ ਜਾਓ, ਬਹੁਤ ਗਿਲੇ ਸ਼ਿਕਵੇ ਦੂਰ ਹੋ ਗਏ ਆ, ਪਰ ਜੋ ਸੋਸ਼ਲ ਮੀਡੀਆ ਦੇ ਉੱਤੇ ਰਹਿ ਗਿਆ ਉਹ ਸਦੀਆਂ ਤੱਕ ਪਿਆ ਰਹਿਣਾ, ਉਹਨੂੰ ਤੁਸੀਂ ਮਿਟਾ ਨਹੀਂ ਸਕੋਗੇ। ਫਿਰ ਕਹਿਣਾ ਪਊਗਾ ਵੇਲੇ ਦਾ ਰਾਗ ਕਵੇਲੇ ਦੀਆਂ ਟੱਕਰਾਂ, ਵੇਲੇ ਦਾ ਰਾਗ ਹੁੰਦਾ ਕਵੇਲੇ ਦੀਆਂ ਟੱਕਰਾਂ ਹੁੰਦੀਆਂ ਨੇ। ਵੇਲੇ ਨਾਲ ਇਸ ਗੱਲ ਨੂੰ ਸਮਝ ਕੇ ਇਸ 'ਤੇ ਕਾਬੂ ਪਾਇਆ ਜਾਵੇ ਤਾਂ ਉਹ ਸਾਰੇ ਪੰਥ ਦੇ ਭਲੇ 'ਚ ਆ, ਸੰਸਥਾ ਦੇ ਵੀ ਭਲੇ 'ਚ ਆ, ਸਿੰਘਾਂ ਦੇ ਵੀ ਭਲੇ 'ਚ ਆ। ਪਰ ਜੇਕਰ ਅੱਜ ਸਮੇਂ ਨੂੰ ਨਾ ਸੰਭਾਲਿਆ ਤਾਂ ਬਾਅਦ ਵਿੱਚ ਭਾਵੇਂ ਗਲ ਬੱਕੜੀਆਂ ਪਾ ਲਓ, ਕੁਛ ਕਰ ਲਓ, ਇਹ ਜਿਹੜੀਆਂ ਚੀਜ਼ਾਂ ਫਿਰ ਇਹ ਧੋਤੀਆਂ ਨਹੀਂ ਜਾਣੀਆਂ। ਇਹ ਜੋ ਦੂਸ਼ਣਬਾਜ਼ੀ ਆ, ਇਹ ਜੋ ਬੜੀ ਨੀਵੇਂ ਪੱਧਰ ਦੀ ਬਿਆਨਬਾਜ਼ੀ ਜਿਹੜੀ ਹੋ ਰਹੀ ਆ, ਜ਼ਰੂਰ ਕਿਰਪਾ ਕਰਕੇ ਇਸ ਨੂੰ ਬੰਦ ਕਰਨ ਦੀ ਕਿਰਪਾਲਤਾ ਕਰੋ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਇੱਕ ਵਾਰ ਮੈਂ ਫਿਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਨਾਲੋਂ ਸੀਨੀਅਰ ਹੋ, ਸਤਿਕਾਰਯੋਗ ਹੋ, ਸਾਰਿਆਂ ਦੀ ਆਪੋ ਆਪੋ ਜਗ੍ਹਾ 'ਤੇ ਬੜੀਆਂ ਸੇਵਾਵਾਂ ਨੇ। ਤੁਸੀਂ ਦਮਦਮੀ ਟਕਸਾਲ ਦਾ ਤੁਹਾਨੂੰ ਮੈਂ ਵਾਸਤਾ ਦਿੰਦਾ, ਗੁਰੂ ਦਾ ਵਾਸਤਾ ਦਿੰਦਾ, ਔਰ ਉਹਨਾਂ ਮਹਾਂਪੁਰਖਾਂ ਦਾ, ਉਹਨਾਂ ਵਿਦਵਾਨਾਂ ਦਾ ਜਿਨ੍ਹਾਂ ਨੇ, ਔਰ ਉਹਨਾਂ ਸ਼ਹੀਦਾਂ ਦਾ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਇਸ ਸੰਸਥਾ ਦੇ ਵਿੱਚੋਂ ਗੁਰੂ ਪੰਥ ਵਾਸਤੇ ਦਿੱਤੀਆਂ, ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦਾ ਵਾਸਤਾ। ਕਿਰਪਾ ਕਰਕੇ ਇਸ ਜਿਹੜੀ ਬਿਆਨਬਾਜ਼ੀ ਨੂੰ ਤੁਰੰਤ ਬੰਦ ਕੀਤਾ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।